ਗੁਰੂ ਪਿਆਰੇ ਗੁਰਸਵਾਰੇ ਖਾਲਸਾ ਜੀਓ ਵਾਹਿਗੁਰੂ ਜੀ ਤੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ satsangat ਗੁਰੂ ਪ੍ਰਭੂ ਨਾਲ ਜੁੜੇ ਹੋਏ ਵੀਰੋ ਪਹਿਨੋ ਮੇਰਾ ਮਨ ਕੀਤਾ ਅਚਾਨਕ ਕਿ ਤੂੰ ਅੱਜ ਨਾਲ ਕੋਈ ਦੋ ਗੱਲਾਂ ਕਰਾਂ ਉਸ ਦਾ ਕਾਰਨ ਕਿਸੇ ਵੀਰ ਦੀ ਆਪਣੀ ਸੋਚ ਆਪਣੇ ਹਾਲਾਤ ਕਈ ਵਾਰ ਸਮਾਜਿਕ ਹਾਲਾਤ ਤੇ ਮਨ ਦੇ ਹਾਲਾਤ ਉਹ ਬਦਲਦੇ ਨੇ ਤੇ ਉਹਦੇ ਨਾਲ ਵਿਚਾਰ ਵੀ ਪਰਗਟ ਹੋ ਜਾਂਦੇ ਨੇ ਉਸ ਵੀਰਦੀ ਸਭਾ ਨੂੰ ਇੱਕ ਗੱਲ ਨਿਕਲ ਰਹੀ ਸੀ ਕਿ ਹਰ ਇੱਕ ਚੀਜ਼ ਦਾ ਕੋਈ ਮੁੱਲ ਹੈ ਮੁੱਲ ਬਿਨਾ ਕੋਈ ਚੀਜ਼ ਨਹੀਂ ਮਿਲਦੀ ਬਸ ਉਹਦੇ ਆਈਡੋਲ ਆਫ ਜੇਨਰੇਸ਼ਨ ਉਹਨੇ ਮੇਰਾ ਸਿਰ ਆਪਣੇ ਗੁਰੂ ਆਪਣੇ ਪਰਮੇਸ਼ਵਰ ਆਪਣੇ ਰੱਬ ਦੇ ਸਾਹਮਣੇ ਸੁਕਾ ਦਿੱਤਾ ਤੇ ਆਖਿਆ ਮੈਂ ਤੇ ਹੈਰਾਨ ਹੋਇਆ ਜਦੋਂ ਮੈਨੂੰ ਸਤਿਗੁਰੂ ਨੇ ਇਹ ਗੱਲ ਬਾਣੀ ਰਾਹੀਂ ਸਮਝਾਈ ਕਿ ਭਲੇਆ ਦੁਨੀਆਂ ਦੇ ਹਰ ਇੱਕ ਚੀਜ਼ ਜਿਹੜੀ ਦੁਨੀਆਂ ਸੰਸਾਰ ਬਣਾਉਂਦਾ ਹੈ ਸਾਇੰਸ ਬਣਾਉਂਦੀ ਵਿਗਿਆਨ ਬਣਾਉਂਦਾ ਹੈ ਉਹ ਜ਼ਰੂਰ ਮੁੱਲ ਵਕਦੀਏ ਕਿਸੇ ਦਾ ਮੁੱਲ ਜ਼ਿਆਦਾ ਹੈ ਕਿਸੇ ਦਾ ਮੁੱਲ ਥੋੜਾ ਹੈ ਪਰ ਉਹਦਾ ਮੁੱਲ ਹੈ ਬਰ ਮੇਰਾ ਰੱਬ ਮੇਰਾ ਪ੍ਰਭੂ ਕੋਈ ਚੀਜ਼ ਵੀ ਆਪਣੀ ਮੁੱਲ ਨਹੀਂ ਵੇਚਦਾ ਜਿਹੜੇ ਲੋਕ ਮੇਰੇ ਪ੍ਰਭੂ ਨਾਲੋਂ ਭੁੱਲ ਜਾਂਦੇ ਨੇ ਉਹ ਇਹ ਸਮਝਦੇ ਨੇ ਖੋਰੇ ਵਿਗਿਆਨ ਦੇ ਸਹਾਰੇ ਅਸੀਂ ਜੀਵਨ ਗੁਜ਼ਾਰ ਲਵਾਂਗੇ ਪਰ ਉਹਨਾਂ ਭੋਲਿਆਂ ਨੂੰ ਅੱਜ ਇਹ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਵਿਗਿਆਨ ਦੀ ਸੰਸਾਰ ਦੀ ਬਣਾਈ ਹੋਈ ਹਰ ਇੱਕ ਚੀਜ਼ ਮੁੱਲਕਿਤ ਦੀ ਹੁੰਦੇ ਲਈ ਮੁੱਲ ਚਾਹੀਦਾ ਹੈ ਪੈਸਾ ਚਾਹੀਦਾ ਹੈ ਪਰ ਮੇਰਾ ਮਾਲਿਕ ਮੇਰਾ ਪਰਮੇਸ਼ਵਰ ਮੇਰਾ ਪ੍ਰਭ ਕੁਝ ਵੀ ਮੁੱਲ ਨਹੀਂ ਵੇਚਦਾ ਉਸ ਰੱਬ ਨੂੰ ਪਛਾਨ ਜਿਹੜਾ ਕੁਝ ਵੀ ਨਹੀਂ ਮੁੱਲ ਵੇਚਦਾ ਸਤਿਗੁਰੂ ਕਹਿੰਦੇ ਨੇ ਤੂੰ ਦੇਵੋ ਸਭ ਕੁਝ ਦਇਆਧਾਰ ਤੂੰ ਦਇਆ ਨਾਲ ਰਹਿਮਤ ਨਾਲ ਦੇਂਨਾ ਇਸ ਲਈ ਤਾਂ ਤੇ ਨੂੰ ਦਾਤਾ ਖਦੇ ਨੇ ਦਾਤਾ ਉਸੇ ਨੂੰ ਕਹਿੰਦੇ ਨੇ ਜਿਹੜਾ ਕੋਈ ਚੀਜ਼ ਦਾਨ ਕਰੇ ਕਿ ਦਾਨ ਉਸ ਨੂੰ ਕਹਿੰਦੇ ਨੇ ਜਿੰਦਾ ਮੁੱਲ ਨਾ ਮੰਗਿਆ ਜਾਏ ਜਿੰਦਾ ਰੇਟ ਤੈ ਨਾ ਹੋਵੇ ਸਤਿਗੁਰੂ ਕਹਿੰਦੇ ਨੇ ਦਦਾ ਦਾਤਾ ਏਕ ਹੈ ਉਹ ਕੇਵਲ ਤੂੰ ਹੈ ਵਿਗਿਆਨ ਨਹੀਂ ਹੋ ਸਕਦਾ ਸਾਇੰਸ ਨਹੀਂ ਹੋ ਸਕਦੀ ਕੁਦਰਤ ਨਹੀਂ ਹੋ ਸਕਦੀ ਦਦਾ ਦਾਤਾ ਏਕ ਹੈ ਸਭ ਕੁ ਦੇਵਨ ਹਾਰ ਹੈ ਦਿੰਦੇ ਟੋਟ ਨਾ ਆਵੀ ਅਗੰਤ ਭਰੇ ਪੰਡਾਰ ਕਦੋਂ ਤੂੰ ਦੇ ਰਿਹਾ ਹੈ ਦਿੰਦਿਆਂ ਉਹਦੇ ਖਜ਼ਾਨੇ ਵਿੱਚ ਟੋਟ ਨਹੀਂ ਆਈ ਉਹਨੇ ਕਿਸੇ ਨੂੰ ਬਿੱਲ ਨਹੀਂ ਭੇਜਿਆ ਉਹਨੇ ਕੋਈ ਆਪਣੀ ਕਿਰਤ ਦਾ ਰੇਟ ਤੈ ਨਹੀਂ ਕੀਤਾ ਬੀ ਆ ਚੀਜ਼ ਤਾਂ ਮਿਲੇਗੀ ਜੇ ਐਨੇ ਪੈਸੇ ਐਨੇ ਰੁਪਏ ਦੇਵੇਂਗਾ ਫਿਰ ਦੁਨੀਆਂ ਦੇ ਲੋਕ ਵਰਤਦੇ ਨੇ ਉਹਨੂੰ ਭੁੱਲ ਜਾਂਦੇ ਨੇ ਫਿਰ ਵੀ ਉਹ ਦੇ ਕੇ ਪਛਤਾਉਂਦਾ ਨਹੀਂ ਕਿਉਂਕਿ ਉਹਦਾ ਕੋਈ ਨੁਕਸਾਨ ਉਹਨਦੇ ਖਜ਼ਾਨੇ ਵਿੱਚ ਢੰਡਾਰੇ ਵਿੱਚ ਕੋਈ ਘਾਟਾ ਨਹੀਂ ਪੈਂਦਾ ਇਹ ਮਨ ਹਰ ਜੀ ਤੇ ਆਏ ਤੂੰ ਇੱਕ ਮਨ ਇੱਕ ਚਿਤ ਬਾਏ ਹਰ ਪੀਓ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਉਤਾਪ ਵੀ ਉਹ ਮੁਲਕ ਹੈ ਉਸ ਨੂੰ ਆਪ ਨੂੰ ਵੀ ਖਰੀਦਿਆ ਨਹੀਂ ਜਾ ਸਕਦਾ ਉਹਦੀਆਂ ਬਖਸ਼ਣ ਨੂੰ ਵੀ ਖਰੀਦਿਆ ਨਹੀਂ ਜਾ ਸਕਦਾ ਗੁਰੂ ਕਹਿੰਦੇ ਨੇ ਜੈ ਪ੍ਰਸਾਦ ਸੁਨੇ ਕਰਨਨਾਦ ਜੈ ਪ੍ਰਸਾਦ ਪੇਖੇ ਵਿਸਮਾਦ ਉਸ ਮਾਲਕ ਨੇ ਤੇਰੇ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਦਿੱਤੀ ਸਾਇੰਸਦਾਨ ਨੇ ਵੀ ਮਸ਼ੀਨ ਬਣਾ ਦਿੱਤੀ ਜਦੋਂ ਤੂੰ 50 60 ਸਾਲ ਉਸ ਰੱਬੀ ਦਿੱਤੀ ਹੋਈ ਸ਼ਕਤੀ ਨਾਲ ਸੁਣਦਾ ਰਹੋ ਤੇ ਜੇ ਬੁਢੇ ਪੇਕਾਰਨ ਤੂੰ ਉਸ ਦੀ ਉਰ ਦੀ ਵਰਤੋਂ ਜਾਇਜ਼ ਨਜਾਇਜ਼ ਕਰਦਾ ਰਹੇ ਹੋ ਪਰ ਜੇ ਉਹ ਕٹی ਸਾਇੰਸਦਾਨ ਨੇ ਵੀ ਮਸ਼ੀਨ ਬਣਾ ਦਿੱਤੀ ਪਰ ਉਸ ਮਸ਼ੀਨ ਦੀ ਨਾਲ ਹੀ ਉਹਨੇ ਕੀਮਤ ਰੇਟ ਮੁੱਲ ਲਿਖ ਦਿੱਤਾ ਮੇਰੇ ਰੱਬ ਨੇ ਤੈਨੂੰ 70 ਸਾਲ 80 ਸਾਲ ਬਿਲਕੁਲ ਮਸ਼ੀਨ ਤੋਂ ਬਿਨਾ ਸਾਨੂੰ ਸ਼ਕਤੀ ਦਿੱਤੀ ਔਰ ਉਹਨੇ ਅਜੇ ਤੱਕ ਮੁੱਲ ਨਹੀਂ ਮੰਗਿਆ ਉਕਤਵੇ ਕਹਿੰਦਾ ਹੈ ਕਿ ਹਰ ਇੱਕ ਚੀਜ਼ ਮੁੱਲ ਵਿਕਦੀ ਜਿਸ ਦਾ ਜਿਸ ਰੱਬ ਨੂੰ ਤੂੰ ਮੰਨਣ ਹੈ ਉੱਥੇ ਹਰ ਚੀਜ਼ ਮੁੱਲ ਵਿਕਦੀ ਹੈ ਪਰ ਜਿਸ ਰੱਬ ਨੂੰ ਮੈਂ ਮੰਨਣਾ ਜਿਸ ਦੇ ਸਾਹਮਣੇ ਮੇਰਾ ਸਿਰ ਝੁਕਦਾ ਹੈ ਜਿਸ ਦੇ ਸਾਹਮਣੇ ਸ੍ਰਿਸ਼ਟੀ ਦਾ ਸਿਰ ਝੁਕਦਾ ਹੈ ਜਿਹੜਾ ਸ੍ਰਿਸ਼ਟੀ ਨੂੰ ਕਰਨ ਹਾਰਾ ਹੈ ਉਹਦੀ ਕੋਈ ਚੀਜ਼ ਵੀ ਮੁੱਲ ਨਹੀਂ ਵਿਕਦੀ ਗੁਰੂ ਕਹਿੰਦੇ ਨੇ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪ੍ਰਖੇ ਵਿਸਮਾਦ ਉਹਨੇ ਅੱਖਾਂ ਵਿੱਚ ਜੋਤ ਰੱਖ ਦਿੱਤੀ ਜਿੰਦੇ ਨਾਲ ਤੂੰ ਅੱਜ ਸੰਸਾਰ ਅੰਦਰ ਸੰਸਾਰ ਦੁਨੀਆ ਅੰਦਰ ਦੁਨੀਆ ਦੇਖ ਰਿਹਾ ਹੈ ਖੂਬਸੂਰਤੀ ਦੇਖ ਰਿਹਾ ਹੈ ਰੰਗਾਂ ਨੂੰ ਪਛਾਨ ਰਿਹਾ ਹੈ ਜੇ ਬੁਢੇਪੇ ਕਾਰਨ 60 70 ਸਾਲ 100 ਸਾਲ ਤੂੰ ਦੇਖਦਾ ਰਿਹਾ ਤੇ ਉਸ ਤੋਂ ਬਾਅਦ ਜੇ ਨਿਗਾਹ ਕਮਜ਼ੋਰ ਹੋਈ ਹੈ ਕਿਸੇ ਸਾਇੰਸਦਾਨ ਨੇ ਵੀ ਐਸਾ ਸ਼ੀਸ਼ਾ ਬਣਾ ਦਿੱਤਾ ਹੈ ਇਨ ਇੱਕ ਬਣਾ ਦਿੱਤੀ ਹੈ ਐਸਾ ਲੈਂਸ ਬਣਾ ਦਿੱਤਾ ਤੂੰ ਕੁਝ ਸਾਲਾਂ ਲਈ 2-4 ਸਾਲ ਲਈ ਉਸ ਲੈਂਸ ਨਾਲ ਦੇਖ ਸਕਣਾ ਪਰ ਉਹਨੇ ਨਾਲ ਹੀ ਕੀਮਤ ਰੱਖ ਦਿੱਤੀ ਹੈ ਰੇਟ ਰੱਖ ਉਹਨੇ ਮੁੱਲ ਦਿੱਤੀ ਹੈ ਮੁਫਤ ਫ੍ਰੀ ਨਹੀਂ ਦਿੱਤੀ ਉਹ ਦਾਤਾ ਨਹੀਂ ਉਹ ਨਾ ਦਾਤੇ ਵਰਗਾ ਹੋ ਸਕਦਾ ਹੈ ਇੱਕ ਖਿਆਲ ਕਰੀ ਸਤਗੁਰੂ ਕਹਿੰਦੇ ਨੇ ਜਿਵੇਂ ਪ੍ਰਸਾਦ ਪੇਖੇ ਬਿਸਮਾਦ ਮੇਰੇ ਮਾਲਕ ਨੇ ਇਹ ਕੋਈ ਕਦੀ ਮੋਲ ਨਹੀਂ ਮੰਗਿਆ ਮੈਂ ਤੈਨੂੰ ਦੇਖਣ ਦੀ ਸ਼ਕਤੀ ਦਿੱਤੀ ਜੇ ਕਦੀ ਖਰਾਬ ਵੀ ਹੋ ਗਈਆਂ ਅੱਖਾਂ ਤੇ ਸਾਇੰਸ ਦਾਣ ਕੁਝ ਰਪੇਰ ਤੰ ਕਰ ਸਕਦਾ ਉਹਦੀ ਦਿੱਤੀ ਹੋਈ ਮਾਲਕ ਦੀ ਵਸਤੂ ਨੂੰ ਪਰ ਉਹ ਉਹਦੀ ਥਾਂ ਤੇ ਤੈਨੂੰ ਆਲਟਰਨੇਟ ਬਣਾ ਕੇ ਨਹੀਂ ਦੇ ਸਕਦਾ ਸਤਿਗੁਰੂ ਕਹਿੰਦੇ ਨੇ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿਜ ਬਸਨਾ ਜੈ ਪ੍ਰਸਾਦ ਹਸ਼ਤ ਕਰ ਚਲੇ ਜੈ ਪ੍ਰਸਾਦ ਸੰਪੂਰਨ ਫਲ ਉਹ ਭਲਿਆ ਸ਼ੁਕਰ ਕਰ ਮਾਲਿਕ ਦਾ ਉਸ ਦੇ ਅੰਦੇ ਸਾਹਮਣੇ ਸਿਰ ਝੁਕਾਇਆ ਉਹਦੇ ਤੋਂ ਮਨਕਰ ਨਾ ਹੋ ਉਹਦੇ ਵੱਲੋਂ ਮੂੰਹ ਨਾ ਮੋੜ ਜੇ ਇਹਨਾਂ ਸਾਰੀਆਂ ਰਹਿਮਤਾਂ ਵਿੱਚੋਂ ਕੋਈ ਇੱਕ ਰਹਿਮਤ ਵੀ ਤੇਰੇ ਕੋਲੋਂ ਉਹ ਖੋਲ ਐ ਤੇ ਫਿਰ ਉਹਦੇ ਤੋਂ ਬਿਨਾ ਤੂੰ ਆਪਣੀ ਜ਼ਿੰਦਗੀ ਕਿਸ ਹਾਲਤ ਵਿੱਚ ਗੁਜ਼ਾਰਨਾ ਵੈਗਰੂ ਨਾ ਕਰੇ ਐਸਾ ਤੈਨੂੰ ਉਹ ਸਮਾਂ ਨਾ ਹੋਵੇ ਕਿ ਜਿਸ ਸਮੇਂ ਅੰਦਰ ਤੈਨੂੰ ਇਸ ਦੁੱਖ ਵਿੱਚ ਪੈ ਕੇ ਫਿਰ ਉਸ ਦੇ ਮਾਲਕ ਦੀ ਹੋਣ ਦਾ ਅਹਿਸਾਸ ਹੋਵੇ ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਬਾਬ ਹੈ ਐਸਾ ਪਰਮ ਤਿਆਗ ਐਸੇ ਰੱਬ ਨੂੰ ਛੱਡ ਕੇ ਦੁਨੀਆ ਨੂੰ ਕੁਦਰਤ ਨੂੰ ਸਾਇੰਸ ਨੂੰ ਰੱਬ ਮੰਨ ਨਹੀਂ ਬੈਠਾ ਹੈ ਗੁਰੂ ਕੰਨਨ ਐਸਾ ਪਰਮ ਤਿਆਗ ਅਵਰਖਾਤ ਲਾਗੂ ਗੁਰਪ੍ਰਸਾਦ ਨਾਨਕ ਮਣ ਜਾਗੋ ਕਹਿਣ ਲੱਗੇ ਤੂੰ ਇੱਕ ਚੀਜ਼ ਵੇਖ ਲੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਤੈਨੂੰ ਸਿਰਫ ਉਹਨਦੇ ਬਣਾਏ ਹੋਏ ਜਿ ਪਾਣੀ ਸੈਂਸ ਨੇ ਬਣਾਇਆ ਨਹੀਂ ਕੇਵਲ ਪੰਪ ਬਣਾਇਆ ਹੈ ਉਹ ਪਾਣੀ ਕੱਢ ਕੇ ਤੇਰੇ ਤੱਕ ਪਹੁੰਚਾਉਂਦਾ ਹੈ ਪਾਣੀ ਬਣਾਉਂਦਾ ਨਹੀਂ ਪਰ ਜਿਨ ਨੇ ਬਣਾਇਆ ਉਹਨੇ ਅੱਜ ਤੱਕ ਤੇਰੇ ਕੋਲੋਂ ਕੀਮਤ ਨਹੀਂ ਮੰਗੀ ਜਿਨ ਨੇ ਬਣਾਇਆ ਉਹਨੇ ਅਜੇ ਤੱਕ ਤੈਨੂੰ ਕੋਈ ਬਿੱਲ ਨਹੀਂ ਭੇਜਿਆ ਪਰ ਜਿਨ ਨੇ ਸਿਰਫ ਕੇਵਲ ਪੰਪ ਬਣਾਇਆ ਉਹਦੇ ਮਾਲਕ ਦੇ ਪਾਣੀ ਨੂੰ ਤੇਰੇ ਤੱਕ ਪਹੁੰਚਾਣ ਲਈ ਉਹ ਤੋਂ ਮੁੱਲ ਦੇ ਕੇ ਵੀ ਲਿਆ ਕੇ ਉਹਦਾ ਸ਼ੁਕਰ ਕਰ ਰਹੇ ਆ ਉਹਨੂੰ ਰੱਬ ਮੰਨ ਰਹੇ ਆ ਗੁਰੂ ਸਾਹਿਬ ਕਹਿੰਦੇ ਨੇ ਸੁਖਦਾਈ ਪਵਨ ਪਾਵਕ ਅੰਬੂਲਾ ਇਹ ਦੋਨੋਂ ਚੀਜ਼ਾਂ ਦਾ ਤੂੰ ਮੁੱਲ ਦੇ ਸਕਦਾ ਹੈਂ ਨਾ ਪਾਣੀ ਦਾ ਮੁੱਲ ਦੇ ਸਕਣਾ ਹੈ ਨਾ ਪਵਨ ਦਾ ਮੁੱਲ ਦੇ ਸਕਣਾ ਹੈ ਨਾ ਪਵਕ ਅੱਗ ਦਾ ਮੁੱਲ ਦੇ ਇਹ ਬਣਾਉਣ ਵਾਲਾ ਕੌਣ ਹੈ ਉਸ ਕਰਤੇ ਦੇ ਸਾਹਮਣੇ ਸਿਰ ਚੁਕਾ ਹਾ ਗੁਰੂ ਸਤਗੁਰੂ ਆਪਣੀ ਰਸਨਾ ਤੋਂ ਇਸੇ ਲਈ ਬਾਰ-ਬਾਰ ਸਮਝਾਉਂਦੇ ਨੇ ਕਹਿੰਦੇ ਨੇ ਮੈਂ ਤੈਨੂੰ ਇਹ ਗੱਲ ਸਮਝਾ ਦੇਣਾ ਚਾਹਨਾ مالک ਕਰਤਾ ਜਿਹੜਾ ਹੈ ਉਹ ਕਦੀ ਕਿਸੇ ਕੋਲ ਮੁੱਲ ਨਹੀਂ ਮੰਗਦਾ ਜਦੋਂ ਤੂੰ ਕਹੇ ਇਹ ਕਹਿਣਾ ਨਾ ਕਿ ਹਰ ਇੱਕ ਚੀਜ਼ ਮੁੱਲ ਵਿਕਦੀ ਹੈ ਤਾਂ ਇਹਦਾ ਮਤਲਬ ਤੂੰ ਉਸ ਅਧਾਰੇ ਨਾਲ ਉਸ ਰੱਬ ਨੂੰ ਉਸ ਕੁਦਰਤ ਨੂੰ ਉਸ ਨੂੰ ਆਪਣਾ ਮਾਲਕ ਮੰਨ ਬੈਠਾ ਹੈ ਜਿਹੜਾ ਹਰ ਇੱਕ ਚੀਜ਼ ਬੇਚਦਾ ਹੈ ਬਣਾਉਂਦਾ ਹੈ ਤੇ ਮਹਿੰਗੇ ਮੁੱਲ ਵਿਕਦਾ ਹੈ ਪਰ ਮੇਰਾ ਮਾਲਕ ਉਹ ਹੈ ਜਿਹੜਾ ਜੋ ਚੀਜ਼ ਬਣਾਉਂਦਾ ਹੈ ਤੇ ਉਹ ਸੰਸਾਰ ਨੂੰ ਪੂਰੇ ਸੰਸਾਰ ਨੂੰ ਪੂਰੀ ਸ੍ਰਿਸ਼ਟੀ ਨੂੰ ਦੇ ਰਿਹਾ ਹੈ ਤੇ ਕੋਈ ਕੀਮਤ ਨਹੀਂ ਮੰਗ ਰਿਹਾ ਕੋਈ ਮੁੱਲ ਨਹੀਂ ਮੰਗ ਰਿਹਾ ਕੋਈ ਬਿੱਲ ਨਹੀਂ ਭੇਜ ਰਿਹਾ ਸੋ ਇਸ ਲਈ ਦੁਨੀਆ ਦੇ ਹਰ ਮਨੁੱਖ ਦਾ ਫਰਜ਼ ਬਣਦਾ ਹੈ ਇਹ ਮਨ ਹਾਜੀ ਤੇ ਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕਿਹਾਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਉਸ ਨੇ ਦੇ ਗੇ ਸਿਰ ਝੁਕਾਈਏ ਉਹਦਾ ਲੱਖ ਲੱਖ ਸ਼ੁਕਰ ਕਰੀਏ ਉਹਦਾ ਦਿਨ ਰਾਤ ਸ਼ੁਕਰ ਕਰੀਏ ਤਾਂ ਕਿ ਉਸ ਦੇ ਰਹਿਮਤਾਂ ਦੇ ਖਜ਼ਾਨੇ ਵਿੱਚੋਂ ਉਹ ਸਾਨੂੰ ਆਪਣੀਆਂ ਰਹਿਮਤਾਂ ਦੇ ਖਜ਼ਾਨੇ ਵਿੱਚੋਂ ਹਮੇਸ਼ਾ ਬਖਸ਼ਿਸ਼ ਕਰਦਾ ਰਹੇ ਇਹਨਾਂ ਸ਼ਬਦਾਂ ਨਾਲ ਫਤਿਹ ਬੁਲਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ